ਆਪਣੀ ਫਿਲਮ ਜਬਰੀਆ ਜੋੜੀ ਨੂੰ ਜੰਮ ਕੇ ਪ੍ਰਮੋਟ ਕਰ ਰਹੇ ਨੇ ਸਿਧਾਰਥ ਮਲਹੋਤਰਾ ਤੇ ਪਰੀਨੀਤੀ ਚੋਪੜਾ। ਜੀ ਹਾਂ, ਅਜਿਹੇ ਦੇ ਵਿੱਚ ਉਹਨਾਂ ਨੂੰ ਜੂਹੂ ਦੇ ਪੰਜ ਸਿਤਾਰਾ ਹੋਟਲ ਦੇ ਵਿੱਚ ਸਪੌਟ ਕੀਤਾ ਗਿਆ ਜਿੱਥੇ ਆਪਣੀ ਫਿਲਮ ਨੂੰ ਪ੍ਰਮੋਟ ਕਰ ਰਹੇ ਸਨ। ਦਿਵਿਆ ਖੋਸਲਾ ਕਮਾਂਡੋ ਅੰਧੇਰੀ ਦੇ ਟੀ ਸੀਰੀਜ਼ ਆਫਿਸ ਦੇ ਵਿੱਚ ਸਪੌਟ ਕੀਤਾ ਗਿਆ ਜਿੱਥੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮਲਾਈਕਾ ਅਰੋੜਾ ਖਾਨ ਨੂੰ ਖਾਰ ਦੇ ਜਿਮ ਦੇ ਵਿੱਚ ਸਪੌਟ ਕੀਤਾ ਗਿਆ ਜਿੱਥੇ ਉਹ ਵਰਕਆਊਟ ਸੈਸ਼ਨ ਦੇ ਲਈ ਆਈ ਹੋਈ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮਲਾਈਕਾ ਕਿੰਨੀ ਫਿਟਨੈਸ ਫ੍ਰੀਕ ਹੈ, ਤਾਂ ਹੀ ਤਾਂ ਉਹਨਾਂ ਨੂੰ ਅਕਸਰ ਜਿਮ ਦੇ ਬਾਹਰ ਆਉਂਦੇ ਹੋਏ ਜਾਂ ਫਿਰ ਵਰਕਆਊਟ ਸੈਸ਼ਨ ਦੌਰਾਨ ਸਪੌਟ ਕੀਤਾ ਜਾਂਦਾ ਹੈ। ਫਿਲਮ ਮਲਾਲ ਦੇ ਨਾਲ ਬਾਲੀਵੁੱਡ ਤੋਂ ਕਦਮ ਰੱਖਣ ਵਾਲੇ ਮਿਜ਼ਾਨ ਜਾਫਰੀ ਨੂੰ ਬੈਂਡਰਾ ਦੇ ਜਿਮ ਤੋਂ ਬਾਹਰ ਆਉਂਦੇ ਸਪੌਟ ਕੀਤਾ ਗਿਆ ਜਿੱਥੇ ਉਹ ਵਰਕਆਊਟ ਸੈਸ਼ਨ ਦੇ ਲਈ ਗਏ ਹੋਏ ਸੀ। ਮੁੰਬਈ ਦੇ ਸਨੀ ਸੁਪਰ ਸਾਊਂਡ ਦੇ ਵਿੱਚ ਫਿਲਮ ਗਰਲਫ੍ਰੈਂਡ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ। ਇਸ ਮੌਕੇ ਦੇ ਉੱਪਰ ਸਾਜਿਦ ਨਾਡਿਆਵਾਲਾ ਆਪਣੇ ਪੂਰੇ ਪਰਿਵਾਰ ਦੇ ਨਾਲ ਸਕਰੀਨਿੰਗ ਦੇ ਮੌਕੇ ਤੇ ਨਜ਼ਰ ਆਏ ਅਤੇ ਕਾਫੀ ਐਕਸਾਈਟਿਡ ਲੱਗੇ। ਗਰਲਫ੍ਰੈਂਡਸ ਨੇ ਗਰਲਫ੍ਰੈਂਡ ਖਾਲੀ ਬਹੁਤ ਹੀ ਐਂਟਰਟੇਨਿੰਗ ਫਿਲਮ ਹੈ ਜੋ ਮੈਨੇ ਟ੍ਰੇਲਰ ਦੇਖਾ ਹੈ ਔਰ ਜੋ ਵੀ ਪ੍ਰੋਮੋਸ ਦੇਖੇ ਅਬ ਤੱਕ। ਐਂਡ ਮੈਂ ਜ਼ਿਆਦਾ ਇਤਨੀ ਫਿਲਮੇ ਦੇਖਤੀ ਨਹੀਂ ਹੂੰ, ਜੋ ਰੈਕਮੈਂਡਡ ਹੋਤੀ ਹੈ ਜਾਂ ਕੁਛ ਮਜ਼ੇਦਾਰ ਲੱਗਤੀ ਹੈ ਵੋ ਜ਼ਰੂਰ ਆ ਕੇ ਦੇਖਤੀ ਹੂੰ। ਤੋ ਆਈ ਐਮ ਵੈਰੀ ਹੈਪੀ ਕਿ ਆਈ ਐਮ ਹਿਅਰ ਐਂਡ ਆਈ ਐਮ ਰੀਅਲੀ ਲੁਕਿੰਗ ਫੋਰਵਰਡ ਟੂ ਸੀ ਦਿਸ ਫਿਲਮ ਕਿ ਇਹ ਕੈਸੇ ਬਣ ਕੇ ਆਉਣ ਵਾਲੀ ਹੈ ਅੱਗੇ। ਆਈ ਥਿੰਕ ਗਰਲਫ੍ਰੈਂਡ ਇੱਕ ਐਸਾ ਮੁੱਦਾ ਹੈ ਕਿ ਹਰ ਕਿਸੀ ਕੋ ਚਾਹੀਏ ਅੱਜ ਕੀ ਡੇਟ ਮੇ ਔਰ ਈਜ਼ੀਲੀ ਮਿਲਤੀ ਨਹੀਂ ਹੈ। ਸੋ ਆਈ ਥਿੰਕ ਹੋਪਫੁਲੀ ਆਈ ਵਿਸ਼ ਆਲ ਦ ਯੂਥ ਬੈਸਟ ਆਫ ਲੱਕ ਦੈਟ ਆਫਟਰ ਸੀਇੰਗ ਦਿਸ ਮੂਵੀ ਉਨਕੋ ਪਤਾ ਚਲੇਗਾ ਕਿ ਗਰਲਫ੍ਰੈਂਡ ਕੋ ਪਟਾਨਾ ਕੈਸੇ ਹੈ। ਸੋ ਆਈ ਥਿੰਕ ਇਟਸ ਅ ਵਰਥ ਵਾਚ ਐਂਡ ਵਿਦ ਮਾਈ ਬੈਸਟ ਫਰੈਂਡ ਮਾਈ ਗਰਲਫ੍ਰੈਂਡ ਨੈਕਸਟ ਟੂ ਮੀ ਐਂਡ ਮਾਈ ਇੰਟਾਇਰ ਫੈਮਿਲੀ ਇਜ਼ ਬਲੈਸਿੰਗ ਹੂ ਹੈਵ ਕਮ ਟੂਡੇ ਟੂ ਸੀ ਦਿਸ ਮੂਵੀ। ਮੇਰੇ ਲਈ ਇਹ ਬਹੁਤ ਹੀ ਅੱਛਾ ਮੌਕਾ ਹੈ ਐਂਡ ਮੁਝੇ ਲੱਗਤਾ ਹੈ ਕਿ ਇਹ ਬਹੁਤ ਅੱਛੀ ਚੱਲਣੇ ਵਾਲੀ ਹੈ। ਥੈਂਕ ਯੂ। ਮੈਂ ਵੀ ਹਾਂ ਪੁੱਛੇ ਮਾਈ ਬ੍ਰਦਰ ਆਈ ਥਿੰਕ ਬਹੁਤ ਖੁਸ਼ੀ ਹੈ ਮੁਝੇ ਕਿ ਅਫੀਫਾ ਐਜ ਪ੍ਰੋਡਿਊਸਰ ਅੱਜ ਯਹਾਂ ਪੇ ਮੈਂ ਇਸਕੀ ਫਿਲਮ ਦੇਖਨੇ ਆਈ ਹੂੰ ਐਂਡ ਮੁਝੇ ਬਹੁਤ ਖੁਸ਼ੀ ਹੈ ਕਿਉਂਕਿ ਇਸਨੇ ਖੁਦ ਹੀ ਸੋਲੋ ਆਪਣਾ ਖੁਦ ਮਿਹਨਤ ਕਰਕੇ ਲਿਟਰਲੀ ਸਟੈਂਡਿੰਗ ਔਨ ਓਨ ਫੀਟ ਐਂਡ ਆਈ ਫੀਲ ਹਮੇ ਹਮਾਰੀ ਇੰਡਸਟਰੀ ਮੇ ਜਿਤਨੀ ਔਰ ਵਿਮੈਨ ਐਂਟਰਪ੍ਰੀਨਰਸ ਹੈ ਜਿਤਨੀ ਔਰ ਵਿਮੈਨ ਪ੍ਰੋਡਿਊਸਰਸ ਹੈ ਔਰ ਜਿਤਨਾ ਔਰ ਵਿਮੈਨ ਟੀਮ ਹੈ ਉਨਕੋ ਜ਼ਿਆਦਾ ਔਰ ਉਨਕੋ ਔਰ ਬੜਾਵਾ ਦੇਣਾ ਚਾਹੀਏ। ਸੋ ਆਈ ਵਿਸ਼ ਯੂ ਆਲ ਦਾ ਵੈਰੀ ਬੈਸਟ। ਮੈਂ ਆਈ ਥਿੰਕ ਮਹਾਰਾਸ਼ਟਰ ਮੇ ਪੈਦਾਇਸ਼ੀ ਹੈ ਹਮ ਦੋਨੋ ਕੋ ਮਰਾਠੀ ਬਹੁਤ ਅੱਛੀ ਤਰ੍ਹਾਂ ਆ ਰਹੀ ਹੈ ਔਰ ਦੇਖੋ ਆ ਗਏ ਕੌਣ ਹਮ ਲੋਗ ਸਭ ਮਰਾਠੀ ਹੈ ਐਕਚੁਲੀ ਮਹਾਰਾਸ਼ਟਰ ਮੇ ਬੋਰਨ ਐਂਡ ਬ੍ਰੋਟ ਅਪ ਹੈ ਤੋ ਆਈ ਕੰਸੀਡਰ ਮਾਈ ਸੈਲਫ ਐਜ਼ ਅ ਮਹਾਰਾਸ਼ਟਰਨ ਓਨਲੀ ਬਚਪਨ ਸੇ ਮਰਾਠੀ ਬੋਲਤੇ ਹੋਏ ਆਏ ਹੈ ਅਬ ਤੱਕ ਕਭੀ ਵੀ ਹਮ ਮਹਾਰਾਸ਼ਟਰ ਮੇ ਘੁੰਮਤੇ ਤੋ ਮਰਾਠੀ ਹੀ ਬੋਲਤੇ ਹੈ ਐਂਡ ਆਈ ਥਿੰਕ ਇਤਨੀ ਵੋ ਨਹੀਂ ਹੈ ਏਲੀਅਨ ਲੈਂਗੁਏਜ ਕਿ ਉਹ ਹਮਕੋ ਮਰਾਠੀ ਸਮਝ ਮੇ ਨਹੀਂ ਆਏਗੀ ਸਭਕੋ ਸਮਝ ਮੇ ਆਤੀ ਹੈ ਔਰ ਸਭ ਲੋਕ ਦੇਖਤੇ ਹੈ ਔਰ ਅਭੀ ਸਾਜਿਦ ਜੀ ਆਗੇ ਬਤਾਏਂਗੇ ਆਪ ਲੋਕ ਕੋ ਆਗੇ ਕੀ ਖਬਰ ਓਵਰ ਟੂ ਮਿਸਟਰ ਸਾਜਿਦ ਮਿੰਡਰ ਵਾਲਾ। ਇਸਨੇ ਮੇਰੀ ਹੈਲਪ ਹੀ ਨਹੀਂ ਲਈ ਇਤਨਾ ਬੜਾ ਰਾਈਟਰ ਹੂੰ ਲੈ ਭਾਰੀ ਕਾ ਔਰ ਨਾ ਰਾਈਟਿੰਗ ਨਾ ਪ੍ਰੋਡਕਸ਼ਨ ਨਾ ਫਾਈਨਾਂਸ ਵੈਰੀ ਗੁੱਡ ਵੈਰੀ ਪ੍ਰਾਊਡ। ਮੈਨੇ ਹੈਲਪ ਲੀ ਇਨਕੀ ਇਨਕਾ ਹਾਥ ਮੇਰੇ ਸਰ ਪਰ ਹਮੇਸ਼ਾ ਰਹੇ ਦੁਆ ਦੇ ਮੁਝੇ ਮੇਰੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਖਜ਼ਾਨਾ ਗਜ਼ਲ ਦੇ ਲਈ ਪੰਕਜ ਉਦਾਸ ਰੇਖਾ ਭਾਰਦਵਾਜ ਅਤੇ ਹੋਰ ਵੀ ਕਈ ਗਾਇਕਾਂ ਨੇ ਰਿਹਰਸਲ ਕੀਤੀ। ਖਜ਼ਾਨਾ ਅਬਕੇ ਸਾਲ ਆਪ ਜਾਣਤੇ ਹੈ ਕਿ 18ਵਾਂ ਸਾਲ ਹੈ ਖਜ਼ਾਨਾ ਕਾ ਔਰ ਇਸ 18ਵੇਂ ਸਾਲ ਮੇ ਜੋ ਖਜ਼ਾਨੇ ਕੇ ਹਾਈਲਾਈਟਸ ਹੈ ਉਸਮੇ ਸਭਸੇ ਪਹਿਲੇ ਤੋ ਇਹ ਹੈ ਕਿ ਇਸ ਖਜ਼ਾਨਾ ਕੇ ਹਮਾਰੇ ਗੈਸਟ ਆਫ ਆਨਰ ਚੀਫ ਗੈਸਟ ਗੁਲਜ਼ਾਰ ਸਾਹਿਬ ਹੈ ਔਰ ਅੱਜ ਜੋ ਰਿਹਰਸਲ ਹਮ ਕਰ ਰਹੇ ਹੈ ਤੋ ਖਜ਼ਾਨਾ ਮੇ ਜਿਤਨੇ ਕਲਾਕਾਰ ਜਿਤਨੇ ਫਨਕਾਰ ਹਿੱਸਾ ਲੈ ਰਹੇ ਉਹ ਸਾਰੇ ਕਲਾਕਾਰ ਸਭ ਮਿਲ ਕੇ ਹਮਨੇ ਇੱਕ ਮੈਡਲੀ ਬਣਾਇਆ ਹੈ ਤੋ ਉਸ ਮੈਡਲੀ ਕੇ ਜ਼ਰੀਏ ਹਮ ਗੁਲਜ਼ਾਰ ਸਾਹਿਬ ਕਾ ਜੋ ਕੰਟ੍ਰੀਬਿਊਸ਼ਨ ਹੈ ਸਿਨੇਮਾ ਮੇ ਔਰ ਨੋਨ ਫਿਲਮ ਮੇ ਤੋ ਵੋ ਛੋਟੀ ਛੋਟੀ ਇੱਕ ਇੱਕ ਅੰਤਰਾ ਉਨ ਗੀਤੋਂ ਕਾ ਔਰ ਗਜ਼ਲੋਂ ਕਾ ਹਮ ਪੇਸ਼ ਕਰੇਂਗੇ ਐਜ਼ ਅ ਸਪੈਸ਼ਲ ਟ੍ਰਿਬਿਊਟ ਟੂ ਗੁਲਜ਼ਾਰ ਸਾਹਿਬ ਜੋ ਕਿ ਬਹੁਤ ਇੰਟਰਸਟਿੰਗ ਹੈ ਕਿਉਂਕਿ ਗੁਲਜ਼ਾਰ ਸਾਹਿਬ ਕੇ ਗਾਣੇ ਤੋ ਆਪ ਜਾਣਤੇ ਹੀ ਹੈ ਕਿ ਬਹੁਤ ਪਾਪੂਲਰ ਔਰ ਬਹੁਤ ਗੁਲਜ਼ਾਰ ਸਾਹਿਬ ਕੇ ਗਾਣੇ ਬਹੁਤ ਖੂਬਸੂਰਤ ਗਾਣੇ ਲਿਖੇ ਹੈ ਗੁਲਜ਼ਾਰ ਸਾਹਿਬ ਨੇ। ਉਸਕੇ ਇਲਾਵਾ ਇਸ ਸਾਲ ਖਜ਼ਾਨਾ ਕੀ ਹਮਾਰੀ ਥੀਮ ਜੋ ਹੈ ਵੋ ਹੈ ਮਹਿਬੂਬ ਤੋ ਆਪ ਜਾਣਤੇ ਹੀ ਹੈ ਕਿ ਗਜ਼ਲ
जो है उसका मतलब होता है कि महबूब से बातें करना है। तो ये है कि गज़ल जो है वो महबूब का जो एक ख़ास किरदार है गज़ल में, तो उसे भी हम हाईलाइट करेंगे। और गज़ल का ये जो फेस्टिवल है उसमें अब के साल जो लाइनअप है वो बहुत ही अलग है। बहुत सारे यंगस्टर्स उसमें शामिल हुए हैं, जैसे कि प्रतिभा बाघेल हैं जो कि अभी उमराव जान के नाम से एक बहुत मशहूर प्ले कर रही है, प्रियंका बर्वे हैं जो कि मुगले आज़म में लीड रोल कर रही है, उसके साथ साथ जावेद अली हैं, हम जानते ही हैं कि जो यंग है लेकिन बहुत मशहूर हैं, बहुत पॉपुलर हैं, शिल्पा राव है जिन्होंने बहुत सारे फिल्मों के गाने गाए हैं और गज़लों में वो माहिर हैं, और उसके अलावा हमारे साथ अनूप जलोटा जी हैं, सुदीप बनर्जी है और रेखा भारद्वाज जी हैं। रेखा जी आप जानते ही हैं कि रेखा जी के बहुत सारे गाने ऐसे हैं कि जो पब्लिक हमेशा सुनने के लिए बेचैन रहती है। तो मैं समझता हूं कि अब के साल ख़ज़ाना जो है इज़ गोइंग टू बी वेरी एक्साइटिंग, और हर कोई जो गज़ल के चाहने वाला है उनके लिए एक बहुत बड़ा ट्रीट होगा।